ਕੇਜਰੀਅਲ ਸਾਹਿਬ ਨੇ ਜੀ ਐਲਾਨ ਕੀਤਾ ਕਿ ਅਸੀਂ 1000 ਰੁਪਇਆ ਹਰ ਇੱਕ ਲੇਡੀਜ਼ ਨੂੰ ਦਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਕਾਲੀਦਾਲ ਵਾਲੇ ਕਹਿੰਦੇ ਜੀ ਅਸੀਂ 2000 ਰੁਪਏ ਦਵਾਂਗੇ ਹੁਣ ਅਸੀਂ ਕਿਹਾ ਜੀ ਬੱਚੇ ਵੀ ਨਰਾਜ ਹੋਗੇ ਤੇ ਜੈਂਸ ਵੀ ਨਰਾਜ ਹੋਗੇ ਸੋ ਅਸੀਂ ਜਿਹੜੀ ਸਾਡੀ ਜੀਪੀਪੀ ਪਾਰਟੀ ਉਹਨੇ 5000 ਰੁਪਏ ਦਾ ਪੈਕੇਜ ਕੱਢਿਆ ਜੀ ਫੈਮਿਲੀ ਪੈਕੇਜ ਜਿਹਦੇ ਇੱਕ ਬੱਚਾ ਹੋਊਗਾ ਉਹਨੂੰ 5000 ਰੁਪਇਆ ਦਵਾਂਗੇ ਜਿਹਦੇ ਦੋ ਬੱਚੇ ਹੋਣਗੇ ਉਹਨੂੰ 6000 ਰੁਪਇਆ ਫੈਮਿਲੀ ਪੈਕੇਜ ਦਵਾਂਗੇ ਅਸੀਂ ਹਰ ਮਹੀਨੇ ਇੱਕ ਹੋਰ ਅੱਜ ਕੱਲ ਨਵਾਂ ਸਟੈਂਡ ਚੱਲ ਗਿਆ ਉਹ ਕਹਿੰਦੇ ਐਂ ਕਰੋ ਫਿਰ ਕੋਈ ਸਿੰਗਰ ਫੜ ਲਓ ਲੈ ਵੀ ਬੁਲਾ ਲਓ ਇੱਧਰ ਨੂੰ ਆ ਜਾ ਬਹਿ ਜਾ ਫਿਰ ਕਹਿੰਦੇ ਕੋਲ ਫਿਰ ਯੂਥ ਨੂੰ ਡਾਇਰੈਕਟ ਆਪਾਂ ਲਈ ਫਿਰ ਕੋਈ ਸਿੰਗਰ ਸਿੰਗਰ ਲੱਭ ਰਹੇ ਆਪਾਂ ਦਾ ਜੀ ਸਿੰਗਰ ਦਾ ਬਹੁਤ ਛੋਟੀ ਜੀ ਗੱਲ ਹੈ ਹਰਮਨ ਚੀਮਾ ਨਾਲ ਸਾਡੀ ਗੱਲ ਚੱਲ ਰਹੀ ਹੈ ਮੈਂ ਅੱਜ ਓਪਨ ਕਰ ਰਿਹਾ ਉਹਨਾਂ ਨੂੰ ਡਿਪਟੀ ਸੀਐਮ ਲੈ ਕੇ ਆਵਾਂਗੇ ਜੀ ਪੈਟਰੋਲ ਤੇ ਡੀਜ਼ਲ ਦੇ ਸਿੱਧਾ ਅਰਬ ਦੇਸ਼ਾਂ ਨਾਲ ਸਾਡੇ ਕੰਟੈਕਟ ਹੋ ਚੁੱਕੇ ਨੇ ਸਿੱਧਾ ਪਾਈਪਲਾਈਨ ਆਏਗੀ ਪੰਜਾਬ 'ਚ ਘਰ ਘਰ ਟੂਟੀਆਂ ਲੱਗ ਜਾਣਗੀਆਂ ਇੱਕ ਡੀਜ਼ਲ ਦੀ ਇੱਕ ਪੈਟਰੋਲ ਦੀ ਜਿੰਨਾ ਦਿਲ ਕਰਦਾ ਭਾਈ ਚਲੋ ਗੱਡੀਆਂ 'ਚ ਭਾਵੇਂ ਪੀ ਚਲਿਓ ਕੋਈ ਬਿੱਲ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਾਡਾ ਐਲਾਨ ਹੈ ਜੀ ਸਾਡੀ ਸਰਕਾਰ ਬਣਾਓ ਜੀਪੀਪੀ ਨੂੰ ਵੋਟ ਪਾਓ ਕੈਨੇਡਾ ਅਸੀਂ ਪੰਜਾਬ ਦੇ ਵਿੱਚ ਰਲਾ ਦੇਾਂਗੇ ਟੋਰਾਂਟੋ ਰਾਜਧਾਨੀ ਹੋਏਗੀ ਤੁਹਾਡੀ ਨਾ ਆਲਜੀ ਲੋਡ ਤੇ ਨਾ ਕੋਈ ਵੀਜ਼ੇ ਦੀ ਲੋਡ ਕੈਨੇਡਾ ਪੰਜਾਬ 'ਚ ਰਲਾ ਦੇਾਂਗੇ ਟੋਰਾਂਟੋ ਰਾਜਧਾਨੀ ਹੋਏਗੀ ਇਹ ਇਕਰ ਦਾ ਫਿਰ ਮੈਂ ਕਹਿੰਦਾ ਬੱਲਾ ਬੱਲਾ ਹੋ ਜੂ ਹਰ ਪਾਸੇ ਫਿਰ ਲਸੋਈ ਤੁਹਾਨੂੰ ਲੱਗਦਾ ਤਾਂ ਸ਼ੱਕ ਹੈ ਕੋਈ ਤੁਹਾਨੂੰ ਸ਼ੱਕ ਲੱਗਦਾ ਜੇ ਐਸੇ ਵਾਅਦਿਆਂ ਤੋਂ ਬਾਅਦ ਵੀ ਗੱਲ ਨਾ ਬਣੇ ਕਮਾਲ ਹੋ ਗਈ ਬਹੁਤ ਚਰਚਾ ਹੋ ਰਹੀ ਹੈ 7 ਮਿੰਟ ਤੇ ਵੀ ਜਾਣਾ ਤੇ ਬੰਦਾ ਕਹਿੰਦਾ ਹੈਲੀਕਾਪਟਰ ਚੱਕ ਲੋ ਸੋ ਅਸੀਂ ਹਰ 10 ਘਰਾਂ ਦੇ ਪਿੱਛੇ ਇੱਕ ਹੈਲੀਪੈਡ ਬਣਾ ਰਹੇ ਹਾਂ ਜਿੱਦੇ ਉੱਤੇ ਪਰਮਾਨੈਂਟਲੀ ਹੈਲੀਕਾਪਟਰ ਖੜਾ ਹੋਊਗਾ ਤਾਂ ਕਿ ਜਿਹੜੇ ਵੀ ਲੋਕ ਨੇ ਉਹਨਾਂ ਨੇ ਕੋਈ ਮਾਰਕੀਟ ਜਾਣਾ ਕੋਈ ਵਿਆਹ ਫੰਕਸ਼ਨ ਤੇ ਜਾਣਾ ਤੇ ਹੈਲੀਕਾਪਟਰ ਤੇ ਜਾਣਗੇ ਖਰਚਾ ਤਾਂ ਬਹੁਤ ਹੋ ਜਾਣਾ ਫਿਰ ਖਰਚਾ ਕਿਵੇਂ ਮੈਨੇਜ ਹੋਊ ਸਾਡੇ ਕੋਲ ਤਾਂ ਪੂਰਾ ਰੋਡ ਮੈਪ ਤਿਆਰ ਹੈ ਜੀ ਅਸੀਂ ਜੇ ਸਾਡੀ ਸਰਕਾਰ ਆ ਗਈ ਅਸੀਂ ਪਹਿਲੇ ਦਿਨ ਹੀ ਕ腐ਸ਼ਨ ਨੂੰ ਲੀਗਲਾਈਜ਼ ਕਰ ਦੇਣਾ ਪੰਜਾਬ 'ਚ ਰਿਸ਼ਵਤ ਲੈਣਾ ਕਾਨੂੰਨੀ ਹੱਕ ਬਣ ਜਾਏਗਾ ਤੁਹਾਨੂੰ ਰਿਸ਼ਵਤ ਦੇਣੀ ਹੀ ਪਿਆ ਕਰੇਗੀ ਹਰ ਕੰਮ ਕਰਾਉਣ ਲਈ ਉਹਦੇ 'ਚ ਕੀ ਹੋਊਗਾ ਜੀ ਜਿੰਨੀ ਰਿਸ਼ਵਤ ਇਕੱਠੀ ਹੋਇਆ ਕਰੇ ਕੋਈ ਅਸਰਾਂ ਕੋਲ ਅਸੀਂ ਉਹੀ ਪੈਸੇ ਚੱਕ ਕੇ ਤੁਹਾਡੇ ਨਾਲ ਇਹ ਸਾਰੀ ਫੈਸਿਲਿਟੀਆਂ ਤੁਹਾਨੂੰ ਦੇਾਂਗੇ ਸੱਸੀਆ ਦੋਸਤੋ ਤੁਸੀਂ ਜਿਹੜੇ ਰੈਮਰ ਟੀਵੀ ਦੇ ਨਾਲ ਮੈਂ ਹਰਵਿੰਦਰ ਖੰਨਾ ਨੂੰ ਸਵਾਗਤ ਕਰਦਾ ਹਾਂ ਅੱਜ ਨਾ ਮੈਂ ਇੱਕ ਐਸੇ ਸ਼ਖਸ ਨਾਲ ਤੁਹਾਨੂੰ ਮਿਲਾਉਂਗਾ ਜਿਨ੍ਹਾਂ ਨੇ ਨਾ ਜਿਵੇਂ ਸਿਆਸਤ ਦਾ ਦੌਰ ਆ ਪੰਜਾਬ ਦੇ ਵਿੱਚ ਲੈ ਵੀ ਕਦੇ ਕੋਈ ਕਿਹੜੀ ਪਾਰਟੀ 'ਚ ਚਲੇ ਜਾਂਦਾ ਕੋਈ ਨਵੀਂ ਪਾਰਟੀ ਬਣਾ ਲੈਂਦਾ ਕੋਈ ਪੁਰਾਣਿਆਂ ਨੂੰ ਬਾਹਰ ਕੱਢ ਕੇ ਆਪ ਉੱਥੇ ਬੈਠ ਜਾਂਦਾ ਬੜੇ ਬੜੇ ਨਵੇਂ-ਨਵੇਂ ਵਿਲੱਖਣ-ਵਲੱਖਣ ਤਰੀਕੇ ਦੇਖ ਰਹੇ ਨੇ ਨਵੇਂ-ਨਵੇਂ ਚਿਹਰੇ ਦੇਖ ਰਹੇ ਆ ਜਿਹਨੂੰ ਆਪਾਂ ਸੋਚ ਵੀ ਨਹੀਂ ਸਕਦੇ ਉਹ ਵੀ ਭਾਈ ਪੋਲਿਟਿਕਸ 'ਚ ਜਾ ਰਿਹਾ ਅੱਜ ਇੱਕ ਐਸੇ ਸੁਨੇਹੇ ਨਾਲ ਤੁਹਾਨੂੰ ਤਾਲੁਕ ਕਰਵਾਉਂਗਾ ਨਾ ਕਿ ਯਾਰ ਬਹੁਤ ਵਧੀਆ ਤਰੀਕਾ ਵੀ ਆ ਸਮਝਾਉਣ ਦਾ ਤੇ ਇੱਕ ਮਤਲਬ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਹੁਣ ਜਿਵੇਂ ਮੈਂ ਇੱਕ ਤੁਹਾਨੂੰ ਆ ਦਿਖਾਵਾਂ ਆ ਦੇਖੋ ਜੀ ਜਮਲਾ ਪਾਰਟੀ ਪੰਜਾਬ ਲਿਖਿਆ ਹੋਇਆ ਇਹਦੇ ਉੱਤੇ ਜੇ ਜਿਵੇਂ ਇੱਕ ਕਹਿੰਦੇ ਨੇ ਮੈਨੀਫੈਸਟੋ ਆ ਗਿਆ ਜੀ ਉਹਦੇ ਉੱਤੇ ਬੜੇ ਬੜੇ ਬਾ ਜਿਵੇਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਇਲੈਕਸ਼ਨ ਦੇ ਵਿੱਚ ਆ ਆ ਦੇ ਕੇ ਜਾਂਦੇ ਨੇ ਕਿ ਲੈ ਜੀ ਆ ਬੋਟ ਪਾ ਦਿਓ ਸਾਨੂੰ ਆ ਸਾਹਮਲੇ ਦੇ ਉੱਤੇ ਸਾਡੇ ਵਾਦੇ ਦੇਖ ਲਿਓ ਅਸੀਂ ਆ ਕੰਮ ਕਰਵਾਵਾਂਗੇ ਜੇ ਇਹਦੇ ਉੱਤੇ ਮੈਂ ਵਾਦੇ ਦਿਖਾਵਾਂ ਤੁਸੀਂ ਤਾਂ ਲੈ ਵੀ ਕਹੋਗੇ ਲੈ ਇਹ ਕਿਵੇਂ ਹੋ ਸਕਦਾ ਇਹ ਪੋਸੀਬਲੀ ਨਹੀਂ ਹੈਗਾ ਜੇ ਪੋਸੀਬਲ ਹੈਗਾ ਤਾਂ ਸਾਡਾ ਤਾਂ ਭਾਈ ਬਹੁਤ ਵਧੀਆ ਕੰਮ ਹੋ ਜੂਗਾ ਪਰ ਇੱਕ ਸਨੇਹਾ ਹੈ ਸਨੇਹਾ ਕਿੱਦਾਂ ਹੈ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਸਨੇਹਾ ਤੁਹਾਨੂੰ ਦੱਸਾਂਗੇ ਵੀ ਕਿ ਕਿਵੇਂ ਇੱਕ ਸਨੇਹਾ ਦੇ ਰਹੇ ਨੇ ਸਿਆਸੀ ਦੌਰ ਨੂੰ ਕਿਵੇਂ ਸਮਝਣਾ ਹੈ ਕਿਵੇਂ ਸਵਾਲ ਕਰਨਾ ਹੈ ਬਹੁਤ ਵਧੀਆ ਲੱਗਿਆ ਮੇਰੇ ਨਾਲ ਗੁਰਕਰਨ ਵੀਰਾ ਤੇ ਅਰਜਨ ਵੀਰਾ ਹੋਣਗੇ ਜੋ ਇਹ ਸਾਰਾ ਐਕਸਪਲੇਨ ਵੀ ਕਰਨਗੇ ਤੇ ਇੱਕ ਬਹੁਤ ਬਹੁਤ ਸਨੇਹਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਾਜੀ ਕਿਰਪਾ ਜੀ ਮਾਲਕ ਜੀ ਭਾਈ ਜੀ ਹੁਣ ਮੈਂ ਸ਼ੁਰੂਆਤ ਦੇ ਵਿੱਚ ਕਹਦਾ ਕਿ ਭਾਈ ਇੱਕ ਸਨੇਹਾ ਦੇ ਰਹੇ ਆ ਪਹਿਲਾਂ ਤਾਂ ਤੁਸੀਂ ਵਾਅਦੇ ਹੀ ਦੱਸ ਦਿਓ ਮੈਂ ਤਾਂ ਵਾਅਦੇ ਦੇਖ ਦੇ ਕੇ ਹੈਰਾਨ ਹੋਈ ਜਾਂਦਾ ਕਿ ਆਹ ਕਿਵੇਂ ਹੋ ਰਿਹਾ ਪਾਜੀ ਅਸੀਂ ਪਾਰਟੀ ਬਣਾਈ ਹੈ ਜੀ ਜੁਮਲਾ ਪਾਰਟੀ ਪੰਜਾਬ ਤੁਸੀਂ ਸਾਡੇ ਵਾਅਦਿਆਂ ਤੋਂ ਸਮਝ ਜਾਓਗੇ ਵੀ ਅਸੀਂ ਜੁਮਲਾ ਪਾਰਟੀ ਪੰਜਾਬ ਦਾ ਨਾਂ ਕਿਉਂ ਰੱਖਿਆ ਗਿਆ ਹੈ ਪਾਰਟੀ ਦਾ ਪਹਿਲਾ ਵਾਅਦਾ ਸਾਡਾ ਜੀ ਪੰਜਾਬ ਦੇ ਲੋਕਾਂ ਨਾਲ ਵੀ ਅਸੀਂ ਜਿੰਨੀ ਵੀ ਬਿਜਲੀ ਦੀ ਖਪਤ ਤੁਸੀਂ ਕਰੋਗੇ ਜਿੰਨੇ ਯੂਨਿਟ ਤੁਸੀਂ ਖਪਾਉਂਗੇ ਉਹਦਾ ਪਰ ਯੂਨਿਟ 10 ਰੁਪਏ ਸਾਡੀ ਸਰਕਾਰ ਤੁਹਾਨੂੰ ਦੇਗੀ ਅਸੀਂ ਤੁਹਾਡੇ ਤੋਂ ਲੈਣਾ ਨਹੀਂ ਅਸੀਂ ਤੁਹਾਨੂੰ ਉਲਟੇ ਪੈਸੇ ਦੇਵਾਂਗੇ ਪਰ ਯੂਨਿਟ 10 ਰੁਪਏ ਹੋ ਤੁਸੀਂ ਜਿੰਨੀ ਵੱਧ ਬਜਲੀ ਵਰਤੋਂਗੇ ਉਹਨੇ ਵੱਧ ਤੁਹਾਨੂੰ ਪੈਸੇ ਮਿਲਣਗੇ ਸਾਡਾ ਦੂਜਾ एलान ਰੇਤੇ ਤੇ ਬਹੁਤ ਹੋ ਰਹੀ ਹੈ ਸਿਆਸਤ ਸੀਐਮ ਚੰਨੀ ਸਾਹਿਬ ਕਹ ਰਹੇ 5 ਰੁਪਏ ਦਿੱਤਾ ਮੈਂ ਤੁਹਾਨੂੰ ਕਹਿ ਰਿਹਾ ਜੀ 5 ਆ ਤੇ ਚਾਰ ਆ ਤੇ ਚਾਹੀ ਜੋ ਮਰਜੀ ਹੈ ਸਾਡਾ एलान ਇਹ ਹੈ ਵੀ ਰੇਤਾ ਬਜਰੀ ਤੁਹਾਡਾ ਬਾਕੀ ਸਭ ਕੁਝ ਸਾਡਾ ਸਿਰਫ ਤੁਸੀਂ ਰੇਤਾ ਤੇ ਬਜਰੀ ਲੈ ਕੇ ਆਣਾ ਸਾਨੂੰ ਸਾਡਾ ਉੱਥੇ ਬੰਦਾ ਪਹੁੰਚ ਜਾਊਗਾ ਤੁਸੀਂ ਦੱਸ ਦਿਓ ਵੀ ਅਸੀਂ ਆ ਐਡੇ ਗੱਜ ਦੀ ਕੋਠੀ ਬਣਾਣੀ ਹੈ ਜੀ ਚਾਰ ਮੰਜ਼ਲੇ ਚਾਹੀਦੀਆਂ ਇਹ ਉਹ ਸਾਰਾ ਦੱਸ ਦੇਣਾ ਅਸੀਂ ਸਨੇ ਇੰਟੀਰੀਅਰ ਤੁਹਾਨੂੰ ਪੂਰਾ ਕੰਪਲੀਟ ਕਰਕੇ ਚਾਬੀ ਹੱਥ ਫੜਾ ਕੇ ਦੇਾਂਗੇ ਹਾਂਜੀ ਤੀਜਾ ਜੀ ਪੈਟਰੋਲ ਡੀਜ਼ਲ ਜਦੋਂ ਇਲੈਕਸ਼ਨ ਆਉਂਦੀਆਂ ਤੇਲ ਟੈਕਸ ਘਟਾ ਦਿੰਦੇ ਨੇ ਤੇਲ ਦੀ ਕੀਮਤ ਨੀਚੇ ਲਿਆਂਦੇ ਆ ਉਦੋਂ ਭਾਵੇਂ ਛੇਲਾ ਦਨ ਅਸੀਂ ਰੋਲਾ ਹੀ ਖਤਮ ਕਰਤਾ ਪੈਟਰੋਲ ਤੇ ਡੀਜ਼ਲ ਦੇ ਸਿੱਧਾ ਅਰਬ ਦੇਸ਼ਾਂ ਨਾਲ ਸਾਡੇ ਕੰਟੈਕਟ ਹੋ ਚੁੱਕੇ ਨੇ ਸਿੱਧਾ ਪਾਈਪਲਾਈਨ ਆਏਗੀ ਪੰਜਾਬ ਚ ਘਰ ਘਰ ਟੂਟੀਆਂ ਲੱਗ ਜਾਣਗੀਆਂ ਇੱਕ ਡੀਜ਼ਲ ਦੀ ਇੱਕ ਪੈਟਰੋਲ ਦੀ ਜਿੰਨਾ ਦਿਲ ਕਰਦਾ ਭਾਈ ਚਲੋ ਗੱਡੀਆਂ 'ਚ ਭਾਵੇਂ ਪੀ ਚਲਿਓ ਕੋਈ ਬਿਲ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹੋਣ ਹੋ ਗਿਆ ਜੀ ਚੌਥਾ ਐਲਾਨ ਪੰਜਾਬ ਲਈ ਸਭ ਤੋਂ ਵੱਡਾ ਤੋਹਫਾ ਅਸੀਂ ਐਲਾਨ ਕਰਨ ਲੱਗੇ ਆਂ ਬਹੁਤ ਧਿਆਨ ਨਾਲ ਸੁਣਨਾ ਹੈ ਪੰਜਾਬ ਦੇ ਨੌਜਵਾਨਾਂ ਲਈ ਸਪੈਸ਼ਲ ਕੈਨੇਡਾ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਸਾਡਾ ਐਲਾਨ ਹੈ ਜੀ ਸਾਡੀ ਸਰਕਾਰ ਬਣਾਓ ਜੀਪੀਪੀ ਨੂੰ ਵੋਟ ਪਾਓ ਕੈਨੇਡਾ ਅਸੀਂ ਪੰਜਾਬ ਦੇ ਵਿੱਚ ਰਲਾ ਦੇਾਂਗੇ ਟੋਰਾਂਟੋ ਰਾਜਧਾਨੀ ਹੋਏਗੀ ਤੁਹਾਡੀ ਨਾ ਆਲਜੀ ਲੋਡ ਤੇ ਨਾ ਕੋਈ ਵੀਜ਼ੇ ਦੀ ਲੋਡ ਕੈਨੇਡਾ ਪੰਜਾਬ ਚ ਰਲਾ ਦੇਾਂਗੇ ਟੋਰਾਂਟੋ ਰਾਜਧਾਨੀ ਹੋਏਗੀ ਹਾਂਜੀ ਪੰਜਵਾਂ ਐਲਾਨ ਸਾਡਾ ਚੰਨੀ ਜੀ ਕਹਿੰਦੇ ਆ ਵੀ 100 ਰੁਪਏ ਪ੍ਰਤੀ ਕੇਬਲ ਦੇ ਕਨੈਕਸ਼ਨ ਦਾ ਦੇਣਾ ਅਸੀਂ ਕਹਿੰਨਾ ਦੇਣਾ ਨਹੀਂ ਜੀ ਲੈਣਾ ਹੈ ਸਾਡੀ ਸਰਕਾਰ ਤੁਹਾਨੂੰ ਪੇ ਕਰੇਗੀ ਘਰ ਚ ਦੁਕਾਨ ਤੇ ਫੈਕਟਰੀ ਚ ਕਿਤੇ ਵੀ ਜਿੰਨੇ ਜ਼ਿਆਦਾ ਕਨੈਕਸ਼ਨ ਪ੍ਰਤੀ ਕਨੈਕਸ਼ਨ 100 ਰੁਪਇਆ ਸਰਕਾਰ ਤੁਹਾਨੂੰ ਦੇਗੀ ਇਹ ਸੰਜੀ ਉੱਪਰਲੇ 5 ਵਾਦੇ ਬਾਕੀ ਵਾਦੇ ਮੇਰੇ ਸਾਥੀ ਤੁਹਾਨੂੰ ਦੱਸਣਗੇ ਅਗਲੇ 5 ਅਰਜਨ ਵੀਰੇ ਫਿਰ ਹੁਣ ਬਾਈ ਜੀ ਨੇ ਤਾਂ ਪੂਰੇ ਸਮਝਾ ਦੇ ਇੱਕ ਲੈ ਵੀ ਹੁਣ ਜੇ 5 ਵਾਦੇ ਸੁਣ ਲਏ ਇਹਦਾ ਬਾਗੋ ਬਾਗ ਹੋਈ ਗਏ ਹੁਣ ਮੈਂ ਕਹਿੰਦਾ ਪੂਰਾ ਤਰਾਹ ਕਰਾ ਦੋਗੇ ਫਿਰ ਪੰਜ ਤੋਂ ਬਾਅਦ ਫਿਰ ਅਗਲੇ ਪੰਜ ਵੀ ਸਮਝਾ ਦੇ ਉਹ ਇਸ ਤੋਂ ਵੀ ਜ਼ਬਰਦਸਤ ਨੇ ਜੀ ਉਹਦੇ ਵਿੱਚ ਬਹੁਤ ਕੁਛ ਹੈ ਜਿਹੜੇ ਪੰਜ ਸੀਗੇ ਤਾਂ ਸੀਗੇ ਜਿਵੇਂ ਕਿ ਪਹਿਲਾਂ ਇਹਨਾਂ ਨੇ ਦੱਸਿਆ ਕਿ ਪਹਿਲਾ ਪੁਆਇੰਟ ਬਿਜਲੀ ਵਾਲਾ ਹੁਣ ਤਾਂ ਸਗੋਂ ਇੰਨੀ ਕੁ ਮੌਜ ਲੱਗ ਜਾਣੀ ਅੱਗੇ ਕਹਿੰਦੇ ਸੀ ਯਾਰ ਉਹ ਮਹੱਲੇ 'ਚ ਨਾ ਲੜ ਚਲੇਗੀ ਤੇ ਰੀਜ਼ਨ ਕੀ ਨਿਕਲਦਾ ਹੀ ਉਹਨੇ ਕੁੰਡੀ ਪਾਈ ਹੁੰਦੀ ਸੀ ਕਿਉਂਕਿ ਬਿਜਲੀ ਬਹੁਤ ਮਹਿੰਗੀ ਹੁੰਦੀ ਸੀ ਹੁਣ ਅਸੀਂ ਲੋਕਾਂ ਨੂੰ ਦੇਣੇ ਆ 10 ਰੁਪਏ ਯੂਨਿਟ ਅਰੇਵਾ ਇਸ ਕਰਕੇ ਹੁਣ ਬਿਜਲੀ ਜਾਣ ਦਾ ਵੀ ਕੋਈ ਚੰਜਟ ਨਹੀਂਗਾ ਆਜੋ ਤੁਹਾਨੂੰ 6ਵਾਂ ਪੁਆਇੰਟ ਦੱਸਦਾ ਸਾਡੇ ਕੇਜਰੀਵਾਲ ਸਾਹਿਬ ਨੇ ਜੀ ਐਲਾਨ ਕੀਤਾ ਕਿ ਅਸੀਂ 1000 ਰੁਪਇਆ ਹਰ ਇੱਕ ਲੇਡੀਜ਼ ਨੂੰ ਦਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਅਕਾਲੀ ਦਲ ਵਾਲੇ ਕਹਿੰਦੇ ਜੀ ਅਸੀਂ 2000 ਰੁਪਏ ਦਵਾਂਗੇ ਹੁਣ ਸੀਗਾ ਜੀ ਬੱਚੇ ਵੀ ਨਰਾਜ਼ ਹੋਗੇ ਤੇ ਜੈਂਟਸ ਵੀ ਨਰਾਜ਼ ਹੋਗੇ ਸੋ ਅਸੀਂ ਜਿਹੜੀ ਸਾਡੀ ਜੀਪੀਪੀ ਪਾਰਟੀ ਆ ਉਹਨੇ 5000 ਰੁਪਏ ਦਾ ਪੈਕੇਜ ਕੱਢਿਆ ਜੀ ਫੈਮਿਲੀ ਪੈਕੇਜ ਜਿਹਦੇ ਇੱਕ ਬੱਚਾ ਹੋਊਗਾ ਉਹਨੂੰ 5000 ਰੁਪਇਆ ਦਵਾਂਗੇ ਜਿਹਦੇ ਦੋ ਬੱਚੇ ਹੋਣਗੇ ਉਹਨੂੰ 6000 ਰੁਪਇਆ ਫੈਮਿ ਸੋ ਜਿਹੜਾ ਸਾਡਾ 7ਵਾਂ ਹੈਗਾ ਵਾ ਅੱਜ ਕੱਲ ਤੁਸੀਂ ਦੇਖ ਰਹੇ ਹੋਵੋਗੇ ਕਿਵੇਂ ਮੰਤਰੀ ਲੀਡਰਸ਼ਿਪ ਭੰਗੜੇ ਪਾ ਰਹੇ ਨੇ ਠੀਕ ਹੈ ਜੀ ਸੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਵਾਂ ਸਾਡੀ ਪਾਰਟੀ ਦਾ ਚੋਣ ਨਿਸ਼ਾਨ ਮਾਈਕ ਹੈ ਜੋ ਤੁਸੀਂ ਹੁਣ ਵੀ ਹੱਥ ਦੇ ਵਿੱਚ ਫੜਿਆ ਕਿ ਜਿਸ ਨਾਲ ਅਸੀਂ ਐਲਾਨ ਕਰ ਰਹੇ ਹਾਂ ਸੋ ਅਸੀਂ ਇਸ ਕਰਕੇ ਚੋਣ ਨਿਸ਼ਾਨ ਮਾਈਕ ਰੱਖਿਆ ਹੈ ਸੋ ਅਸੀਂ 117 ਦੀਆਂ 17 ਸੀਟਾਂ ਤੇ ਅਸੀਂ ਐਮਐਲਏ ਦੇ ਇਲੈਕਸ਼ਨ ਲੜਾਂਗੇ ਵਿਧਾਨ ਸਭਾ ਦੇ ਵਿੱਚ ਸੋ ਸਾਡਾ ਜਿਹੜਾ ਐਮਐਲਏ ਕੈਂਡੀਡੇਟ ਹੋਊਗਾ ਨਾ ਇੰਨਾ ਕੁ ਟੈਲੈਂਟਡ ਹੋਊਗਾ ਕਿ ਕੋਈ ਗਲੀ ਚ ਅਗਰ ਉਹ ਕੈਂਪੇਨ ਕਰਨ ਆਂਦਾ ਤੇ ਉਹਨੂੰ ਜਿਹੜਾ ਮਰਜ਼ੀ ਕੰਮ ਕਰਾ ਲਿਓ ਜਿਵੇਂ ਕਿ ਉਹਨੂੰ ਪੰਗੜਾ ਪਾਣਾ ਬਹੁਤ ਆਂਦਾ ਹੋਊਗਾ ਟੈਂਟ ਲਾਣਾ ਆਂਦਾ ਹੋਊਗਾ ਜੋ ਇੱਕ ਤਨ ਹੋਰ ਚੀਜ਼ ਦੱਸ ਦਿੰਨੇ ਆ ਜਦੋਂ ਅਸੀਂ ਕੈਂਪੇਨ ਕਰਾਂਗੇ ਨਾ ਉੱਥੇ ਟੈਂਟ ਲੱਗਦਾ ਤੇ ਕੁਰਸੀਆਂ ਲੱਗਦੀਆਂ ਨੇ ਸੋ ਐਮਐਲਏ ਕੈਂਡੀਡੇਟ ਹੀ ਪਹਿਲਾਂ ਕੁਰਸੀਆਂ ਤੇ ਟੈਂਟ ਲਾਊਗਾ ਤੇ ਉਸ ਤੋਂ ਬਾਅਦ ਅਸੀਂ ਕੈਂਪੇਨ ਸ਼ੁਰੂ ਕਰਾਂਗੇ ਸੋ ਸਾਡੇ 117 ਐਮਐਲਏ ਵੀ ਜਿਹੜੇ ਹੋਣਗੇ ਸਭ ਨੂੰ ਪੰਗੜਾ ਪਾਣਾ ਤੇ ਟੈਂਟ ਲਾਣਾ ਜ਼ਰੂਰ ਆਣਾ ਚਾਹੀਦਾ ਤੇ ਉਹ ਆਂਦਾ ਹੋਏਗਾ ਸੋ 8ਵਾਂ ਪੁਆਇੰਟ ਜਿਹੜਾ ਕਿ ਪੰਜਾਬ ਦੇ ਵਿੱਚ ਬੜੀ ਉਹ ਹੁੰਦਾ ਜਦੋਂ ਟੋਲ ਟੈਕਸ ਤੇ ਜਾਂਦੇ ਆ ਆਪਾਂ ਸੋ ਟੋਲ ਟੈਕਸਾਂ ਦੇ ਹੁਣ ਵੀ ਰੇਟ ਵੱਧ ਗਏ ਆ ਅਸੀਂ ਹੁਣ ਜਾਣਦੇ ਆ ਤੇ ਟੋਲ ਟੈਕਸ ਦੇਣੇ ਆ ਜਦੋਂ ਵੀ ਜਾਵਾਂਗੇ ਆਪਾਂ ਸਰਕਾਰ ਨੂੰ ਦਵਾਂਗੇ ਜਦੋਂ ਹੁਣ ਤੁਸੀਂ ਜਿਹੜੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਲੋਕਾਂ ਨੂੰ ਸ਼ਗਨ ਸਕੀਮ ਦਵਾਂਗੇ ਉਹਨਾਂ ਨੇ ਸਾਨੂੰ ਸਰਕਾਰ ਨੂੰ ਟੋਲ ਟੈਕਸ ਕੁਛ ਨਹੀਂ ਦੇਣਾ ਇਹ ਜਦੋਂ ਤੁਸੀਂ ਉੱਥੋਂ ਲੰਘੋਗੇ ਕੋਈ ਹੈਵੀ ਵਾਹਕਲ ਹੋਏਗੀ ਬੱਸ ਹੋਏਗਾ ਟਰੱਕ ਹੋਏਗਾ 251 ਰੁਪਏ ਸ਼ਗਨ ਦਵਾਂਗੇ ਕੋਈ ਹਲਕੀ ਗੱਡੀ ਹੋਊਗੀ ਉਹਨੂੰ 101 ਰੁਪਿਆ ਸ਼ਗਨ ਦਵਾਂਗੇ ਇਹ ਅਸੀਂ ਡਿਸਕਸ ਕਰ ਰਹੇ ਹਾਂ ਪਾਰਟੀ 'ਚ ਸ਼ਾਇਦ ਸ਼ਗਨ ਹੋਰ ਵਧਾ ਦਈਏ ਥੋੜਾ ਹੋਰ ਵਧਾਵਾਂਗੇ ਬਿਲਕੁਲ ਵਧਾਵਾਂਗੇ ਜੀ ਇਹ ਰੀਡਿੰਗ ਚੱਲੀ ਸਾਡੀ ਚੱਲ ਰਹੀ ਹੈ ਸੋ ਨੋਵਾ ਪੁਆਇੰਟ ਹੈਗਾ ਜੀ ਜਿਵੇਂ ਕਿ ਭਾਜੀ ਤੁਸੀਂ ਦੇਖਦੇ ਹੋ ਗੱਡੀਆਂ ਦੇ ਵਿੱਚ ਭਾਵੇਂ ਕੋਈ ਵੀ ਆਪਣੇ ਵਰਗਾ ਵੀ ਸ਼ਰਾਬ ਪੀਂਦਾ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਵਾ ਕੁਝ ਵੀ ਹੋ ਜਾਂਦਾ ਸ਼ਰਾਬ ਪੀਕੇ ਸੋ ਤੁਸੀਂ ਕਾਫੀ ਦੇਖਦੇ ਹੋ ਨਿਊਜ਼ ਤੁਸੀਂ ਵੀ ਲਾਨਣੇ ਹੀ ਹੋ ਅਸੀਂ ਇਹ ਐਕਸੀਡੈਂਟ ਵਾਲਾ ਝੰਝਟੀ ਖਤਮ ਕਰ ਰਹੇ ਹਾਂ ਅਸੀਂ ਗਲੀ ਮੁਹੱਲੇ ਦੇ ਬਿਲਕੁਲ ਇੱਕ ਬਾਹਰ ਇੱਕ ਠੇਕਾ ਖੋਲ ਰਹੇ ਹਾਂ ਤਾਂ ਕਿ ਕੋਈ ਨੌਜਵਾਨ ਆ ਜਾ ਕੋਈ ਆਂਦਾ ਵਾ ਆਪਣਾ ਘਰੋਂ ਆਵੇ ਸ਼ਰਾਬ ਲਵੇ ਤੇ ਆਪਣਾ ਰਾਮਨਾਥ ਪੀ ਕੇ ਘਰੇ ਜਾ ਕੇ ਸੋ ਜਵੇ ਤਾਂ ਕਿ ਕੋਈ ਗੱਡੀ ਜਾਂ ਕੋਈ ਚਲਾਵੇ ਨਾ ਕਿ ਐਕਸੀਡੈਂਟ ਨਾ ਹੋਵੇ ਸੋ ਜਿਹੜਾ 10ਵਾਂ ਪੁਆਇੰਟ ਬਾਜੀ 9 ਤਹ ਤੁਹਾਨੂੰ ਅਸੀਂ ਦੱਸਦੇ 10ਵਾਂ ਪੁਆਇੰਟ ਸਾਡਾ ਥੋੜਾ ਧਿਆਨ ਨਾਲ ਸੁਣੀਓ ਬਹੁਤ ਵਧੀਆ ਅੱਜ ਕੱਲ ਪੰਜਾਬ ਦੇ ਵਿੱਚ ਹੈਲੀਕਾਪਟਰ ਦਾ ਬੜਾ ਤੁਹਾਨੂੰ ਪਤਾ ਸ਼ੋਸ਼ਾ ਚੱਲ ਰਿਹਾ ਹੈ ਬਹੁਤ ਚਰਚਾ ਹੋ ਰਹੀ ਹੈ 7 ਮਿੰਟ ਤੇ ਵੀ ਜਾਣਾ ਤੇ ਬੰਦਾ ਕਹਿੰ ਇੱਕ ਹੈਲੀਪੈਡ ਬਣਾ ਰਿਹਾ ਜ ਉਹਦੇ ਉੱਤੇ ਪਰਮਾਨੈਂਟਲੀ ਹੈਲੀਕਾਪਟਰ ਖੜਾ ਹੋਊਗਾ ਤਾਂ ਕਿ ਜਿਹੜੇ ਵੀ ਲੋਕ ਨੇ ਉਹਨਾਂ ਨੇ ਕੋਈ ਮਾਰਕੀਟ ਜਾਣਾ ਕੋਈ ਵਿਆਹ ਫੰਕਸ਼ਨ ਤੇ ਜਾਣਾ ਤੇ ਹੈਲੀਕਾਪਟਰ ਤੇ ਜਾਣਗੇ ਕੋਈ ਸਾਡਾ ਐਮਐਲਏ ਐਮਪੀ ਹੈਲੀਕਾਪਟਰ ਤੇ ਸੈਰ ਨਹੀਂ ਕਰੇਗਾ ਅਸੀਂ ਲੋਕਾਂ ਵਾਸਤੇ ਬਣਾ ਰਿਹਾ ਹਰ 10 ਘਰ ਦੇ ਪਿੱਛੇ ਇੱਕ ਹੈਲੀਕਾਪਟਰ ਸੋ ਇਹ ਸਾਡੇ ਪਾਰਟੀ ਦੇ ਜੀਪੀਪੀ ਪਾਰਟੀ ਦੇ 10 ਵਾਦੇ ਨੇ ਜੀ ਜੇ ਪੰਜਾਬ ਦੇ ਵਿੱਚ ਇਹ ਵਾਦੇ ਪੂਰੇ ਹੋ ਜਾਣ ਤਾਂ ਪੰਜਾਬ ਭਾਜੀ ਸਵਰਗ ਬਣ ਜਾਏਗਾ ਤਰ ਜਾਏਗਾ ਪੰਜਾਬ ਸੋ ਇਹ ਸਾਡੇ ਪਾਰਟੀ ਦੇ ਜਿੰਨੇ ਵੀ ਸੀਗੇ ਵਾਦੇ ਅਸੀਂ ਦੱਸਤੇ ਸਾਡੇ ਸੀਐਮ ਕੈਂਡੀਡੇਟ ਸਾਹਮਣੇ ਵੀ ਦੱਸਤੇ ਮੈਂ ਵੀ ਤੁਹਾਨੂੰ ਦੱਸਤੇ ਇਹ ਅਸੀਂ ਹੋਰ ਵੀ ਵਾਦੇ ਜਿਹੜੇ ਹੋਣਗੇ ਕੋਈ ਹੋਰ ਪੁਆਇੰਟ ਹੋਣਗੇ ਉਹ ਵੀ ਅਸੀਂ ਹੌਲੀ ਹੌਲੀ ਜੋ ਕਰਾਂਗੇ ਬਿਲਕੁਲ ਜੀ ਅੱਗੋਂ ਹੋਰ ਕਰਾਂਗੇ ਵੀਰੇ ਹੁਣ ਆ ਸਾਰਾ ਕੁਝ ਮੈਂ ਮੰਨ ਲਓ ਚਲੋ ਆ ਬਿਜਲੀ ਪਾਈ ਆਪਾਂ 10 ਰੁਪਏ ਪੱਲਿਓ ਦੇਤੀ ਆਪਾਂ 5000 ਸੀਪੀ ਦੇਤੀ ਫੈਲਵੀ ਪੈਕੇਜ ਬਣਾਤਾ ਫਿਰ ਆਪਾਂ ਦਾ 250 ਨੂੰ ਤੋਂ ਵੀ ਵਧਾਣ ਨੂੰ ਫਿਰਦੇ ਆਂ ਕਹਿੰਦੇ ਅਰਜਨ ਵੀਰਾ ਕਹਿੰਦਾ ਆਪਾਂ ਦਾ ਇਹ ਅੱਗੇ ਵੀ ਵਧਾ ਦੇਣਾ 250 ਤੋਂ 500 ਕਰ ਦਈਏ ਖਰਚਾ ਤਾਂ ਬਹੁਤ ਹੋ ਜਾਣਾ ਫਿਰ ਖਰਚਾ ਕਿਵੇਂ ਮੈਨੇਜ ਹੋਊ ਸਾਡੇ ਕੋਲ ਤਾਂ ਪੂਰਾ ਰੋਡ ਮੈਪ ਤਿਆਰ ਹੈ ਜੀ ਅਸੀਂ ਜੇ ਸਾਡੀ ਸਰਕਾਰ ਆ ਗਈ ਅਸੀਂ ਪਹਿਲੇ ਦਿਨ ਹੀ ਕਰਪਸ਼ਨ ਨੂੰ ਲੀਗਲਾਈਜ਼ ਕਰ ਦੇਣਾ ਪੰਜਾਬ 'ਚ ਰਿਸ਼ਵਤ ਲੈਣਾ ਕਾਨੂੰਨੀ ਹੱਕ ਬਣ ਜਾਏਗਾ ਤੁਹਾਨੂੰ ਰਿਸ਼ਵਤ ਦੇਣੀ ਹੀ ਪਿਆ ਕਰੇਗੀ ਹਰ ਕੰਮ ਕਰਾਉਣ ਲਈ ਉਹਦੇ 'ਚ ਕੀ ਹੋਊਗਾ ਜੀ ਜਿੰਨੀ ਰਿਸ਼ਵਤ ਇਕੱਠੀ ਹੋਇਆ ਕਰੀ ਕੋਈ ਅਸਰ ਨਾ ਕੋਲ ਅਸੀਂ ਉਹੀ ਪੈਸੇ ਚੱਕ ਕੇ ਤੁਹਾਡੇ ਨਾਲ ਇਹ ਸਾਰੀ ਫੈਸਿਲਿਟੀਆਂ ਤੁਹਾਨੂੰ ਦਿਆਂਗੇ ਇਹ ਸਾਡਾ ਰੋਡ ਮੈਪ ਹੈ ਉਹ ਫਿਰ ਇੱਕ ਹੋਰ ਅੱਜਕੱਲ ਨਵਾਂ ਸਟੈਂਡ ਜਾਂ ਚੱਲ ਗਿਆ ਉਹ ਕਹਿੰਦੇ ਐਂ ਕਰੋ ਫਿਰ ਕੋਈ ਸਿੰਗਰ ਭਾੜ ਲਓ ਲੈ ਵੀ ਬੁਲਾ ਲਓ ਇੱਧਰ ਨੂੰ ਆ ਜਾ ਬਾਈਆ ਫਿਰ ਕਹਿੰਦੇ ਕੋਲ ਫਿਰ ਯੂਥ ਨੂੰ ਡਾਇਰੈਕਟ ਆਪਾਂ ਲਈ ਫਿਰ ਕੋਈ ਸਿੰਗਰ ਸੁੰਗਰ ਲੱਭ ਰਹੇ ਆਪਾਂ ਤਾਂ ਜੀ ਸਿੰਗਰ ਦਾ ਬਹੁਤ ਛੋਟੇ ਜੀ ਗੱਲ ਹੈ ਹਰਮਨ ਚੀਮਾ ਨਾਲ ਸਾਡੀ ਗੱਲ ਚੱਲ ਰਹੀ ਹੈ ਮੈਂ ਅੱਜ ਓਪਨ ਕਰ ਰਿਹਾ ਉਹਨਾਂ ਨੂੰ ਡਿਪਟੀ ਸੀਐਮ ਲੈ ਕੇ ਆਵਾਂਗੇ ਜੀ ਫਿਰ ਇੱਕਣ ਦਾ ਫਿਰ ਮੈਂ ਕਹਿੰਦਾ ਬੱਲਾ ਬੱਲਾ ਹੋ ਜੂ ਹਰ ਪਾਸੇ ਫਿਰ ਲੱਸੋ ਜੀ ਤੁਹਾਨੂੰ ਲੱਗਦਾ ਤੁਹਾਨੂੰ ਸ਼ੱਕ ਹੈ ਕੋਈ ਤੁਹਾਨੂੰ ਸ਼ੱਕ ਲੱਗਦਾ ਹੈ ਜੇ ਐਸੇ ਵਾਅਦਿਆਂ ਤੋਂ ਬਾਅਦ ਵੀ ਗੱਲ ਨਾ ਬਣੇ ਕਮਾਲ ਹੋ ਗਈ ਭਾਈ ਹੁਣ ਜੇ ਆਪਾਂ ਸੀਰੀਅਸ ਨੋਟ ਤੇ ਗੱਲ ਕਰਦੇ ਆਂ ਅੱਜਕੱਲ ਐਜ਼ ਮੈਂ ਕਹਿੰਦਾ ਜੇ ਹੁਣ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈ ਨਾ ਸਿਆਸੀ ਦੌਰ ਲੋਕੀ ਦਾ ਕਹਿੰਦੇ ਨੇ ਮੰਤਰੀ ਤਾਂ ਹੁਣ ਪੂੰਜੇ ਬਹਿ ਗਏ ਬੰਦੇ ਦੇ ਮੂੰਹ 'ਚ ਬੁਰਕੀ ਪੰਨ ਨੇ ਕਿ ਲੈ ਵੀ ਤੂੰ ਮੈਂ ਪੱਲਿਓ ਲੈ ਕੇ ਆਇਆ ਪਨੀਰ ਵਾ ਖੋਲਿਆ ਲਫਾਪਾ ਤੂੰ ਕਾਹਨੂੰ ਬਣਾਉਣਾ ਕਰੇ ਇਹ ਹੁਣ ਐਂ ਹੀ ਕਰਦੇ ਨੇ ਜਾ ਜਾ ਕੇ ਕੀ ਲੱਗਦਾ ਕਿ ਜੇ ਇੰਨਾ ਜਾਗਰਿਤ ਹੋ ਵੀ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਇੰਨੀਆਂ ਵੀਡੀਓਜ਼ ਪਾਣੇ ਆ ਹਰ ਕੋਈ ਬੰਦਾ ਆਪਣੇ ਆਪਣੇ ਤਰੀਕੇ ਨਾਲ ਪੰਜਾਬ ਦੇ ਹਰ ਇੱਕ ਇਨਸਾਨ ਨੂੰ ਜਾਗਰਿਤ ਕਰਨ ਦੀ ਕੋਸ਼ਿਸ਼ ਕਰਦਾ ਕਿ ਭਾਈ ਤੂੰ ਵੋਟ ਬਹੁਤ ਧਿਆਨ ਨਾਲ ਪਾਈ ਇਸ ਵਾਰ ਕੀ ਲੱਗਦਾ ਕਿ ਲੋਕ ਸੁਣ ਵੀ ਰਹੇ ਨੇ ਕਿ ਬਸ ਹਲੇ ਆਏ ਹੋਈ ਆ ਕਿ ਪਾਰਟੀ ਪਾਰਟੀ ਵੀ ਮੇਰੀ ਪਾਰਟੀ ਭਾਜੀ ਫ੍ਰੈਂਕਲੀ ਇਹ ਸਭ ਕੁਝ ਕਰਨ ਦਾ ਨਾ ਮੇਰਾ ਇਹੀ ਮਕਸਦ ਸੀਗਾ ਵੀ ਕੱਲੇ ਐਲਾਨਾ ਨੂੰ ਸੁਣ ਸੁਣ ਕੇ ਵੋਟ ਨਾ ਦਿਆ ਜੇ ਵੀ ਐਲਾਨ ਕਰਤਾ ਕਿ ਜੀਵਲਾਲ ਸਾਹਿਬ ਬੜੇ ਚਲੋ ਰਿਸਪੈਕਟਡ ਬੰਦੇ ਨੇ ਕੰਮ ਵੀ ਚੰਗੇ ਕੀਤੇ ਹੋਣਗੇ ਦਿੱਲੀ 'ਚ ਬਹੁਤ ਤਾਂ ਹੀ ਬਾਰ-ਬਾਰ ਜਿੱਤਦੇ ਨੇ ਉੱਥੇ ਪਰ ਇਹ ਵਾਲੀ ਗੱਲ ਵੀ 1000 ਰੁਪਿਆ ਪ੍ਰਤੀ ਅਸੀਂ ਮਹਿਲਾ ਦੇ ਦਾਂਗੇ ਜੀ ਤੇ 1 ਕਰੋੜ ਮਹਿਲਾ ਪੰਜਾਬ 'ਚ ਜੇ ਐਦਾਂ ਕਰਨ ਲੱਗੇ ਤੇ ਸੂਬਾ ਦਾ 3 ਲੱਖ ਕਰੋੜ ਦਾ ਪਹਿਲਾਂ ਹੀ ਕਰਜ਼ਾਈ ਹੈ ਤੇ ਸੋਰਸ ਆਫ ਇਨਕਮ ਕੀ ਹੈ ਤੁਹਾਡੇ ਕੋਲੇ ਤੁਸੀਂ ਸੋਰਸ ਆਫ ਇਨਕਮ ਵਧਾਣ ਦੀ ਕਿਸੇ ਵੀ ਪਾਰਟੀ ਨੇ ਕੋਈ ਗੱਲ ਕੀਤੀ ਹੋਵੇ ਤਾਂ ਲੋਕ ਦੱਸਣ ਇੱਕ ਵੀ ਪਾਰਟੀ ਨੇ ਟਿਲ ਨਾਉ ਚੌਂਜਾਤ ਲੱਗਣ ਨੂੰ 15 ਦਿਨ ਨਹੀਂ ਵੀ ਦੇ ਰਹੇ ਨੇ ਤੇ ਕਿਸੇ ਪਾਰਟੀ ਨੇ ਨਹੀਂ ਦੱਸਿਆ ਵੀ ਇਨਕਮ ਕਿਵੇਂ ਵਧੇਗੀ ਪੰਜਾਬ ਦੀ ਕਿਸੇ ਪਾਰਟੀ ਨੇ ਗੱਲ ਨਹੀਂ ਕੀਤੀ ਐਲਾਨ ਕਰਤੇ ਬਿਜਲੀ ਸਸਤੀ ਦੇ ਦੇਾਂਗੇ ਬਿਜਲੀ ਫ੍ਰੀ ਦੇ ਦੇਾਂਗੇ 400 ਯੂਨਿਟ 300 ਯੂਨਿਟ ਮਹਿਲਾਵਾਂ ਨੂੰ ਦੇ ਦੇਾਂਗੇ ਬਈ ਇਹ ਪੋਸੀਬਲ ਕਿੱਦਾਂ ਹੋਊਗਾ ਸੂਬਾ ਤਾਂ ਅੱਗੇ ਮਰਿਆ ਪਿਆ ਫਾਈਨੈਂਸ਼ੀਅਲ ਤਾਂ ਇੱਕ ਕ੍ਰਾਈਸਿਸ 'ਚ ਨੇ ਤੇ ਇਦਾਂ ਦੇ ਐਲਾਨ ਕਰਨੇ ਸਿਰਫ ਇਹ ਲੌਲੀਪੌਪ ਦੇਣ ਵਾਲਾ ਕੰਮ ਹੋ ਰਿਹਾ ਲੋਕਾਂ ਨੂੰ ਮੇਰੀ ਲੋਕਾਂ ਨੂੰ ਅਪੀਲ ਇਹ ਵੀਡੀਓ ਦਾ ਇਹ ਜੀਪੀਪੀ ਪਾਰਟੀ ਤੇ ਇਦਾਂ ਦੇ ਐਲਾਨ ਕਰਨਾ ਮਕਸਦ ਵੀ ਇਹੀ ਸੀਗਾ ਵੀ ਕੱਲੇ ਐਲਾਨਾ ਨੂੰ ਦੇਖ ਕੇ ਵੋਟ ਨਾ ਕਰਿਓ ਇਹਨਾਂ ਨੂੰ ਸਵਾਲ ਕਰਿਓ ਜਦੋਂ ਵੋਟਾਂ ਮੰਗਣਾਂ ਨੂੰ ਵੀ ਭਾਈ ਆ ਜਾ ਤੂੰ ਸੋਰਸ ਆਫ ਇਨਕਮ ਦੱਸ ਦੇ ਤੂੰ ਪੈਸਾ ਪੰਜਾਬ ਜਨਰੇਟ ਕਿੱਥੋਂ ਕਰੇਗਾ ਤੇ ਆਹ ਵਾਲਾ ਜਿਵੇਂ 1000 ਰੁਪਿਆ ਪ੍ਰਤੀ ਮਹਿਲਾ ਤੇ ਉਹ ਜੀ ਇੱਕ ਕਰੋੜ ਲੇਡੀ ਹੈ ਵੀ ਇਹ ਵਾਲਾ ਰਤੀ ਮਹੀਨਾ ਖਰਚਾ ਕਿਵੇਂ ਕੱਢੇਗਾ ਬਈ ਦੱਸ ਦੇ ਐਦੀ ਇਨਕਮ ਕਿੱਥੋਂ ਆਏਗੀ ਤੇਰੇ ਕੋਲੇ ਤੇ ਜੇ ਉਹ ਜਸਟੀਫਾਈ ਕਰ ਦੇਵੇ ਜ਼ਰੂਰ ਵੋਟ ਦਿਓ بڑے ਐਲਾਨ ਹੋ ਰਹੇ ਨੇ ਇਹ ਹੋਰ ਜਿਆਦਾ ਐਲਾਨ ਕਰਦੇ ਰਹਿਣਗੇ ਪਰ ਪੰਜਾਬ ਦੇ ਜੋ ਹਾਲਾਤ ਨੇ ਇਹਨਾਂ ਨੂੰ ਰੋਡ ਮੈਪ ਦੀ ਲੋੜ ਹੈ ਇਨਕਮ ਦੀ ਅੱਜ ਦੀ ਤਰੀਕ ਚ ਉਹ ਕਰਜ਼ੇ ਤੋਂ ਬਾਹਰ ਨਿਕਲਣਾ ਜ਼ਰੂਰੀ ਹੈ ਨਾ ਕਿ ਇਹ ਐਦਾਂ ਦੇ ਫ੍ਰੀ ਦੇ ਐਲਾਨ ਕਰੀ ਜਾਣਾ ਕਿਉਂਕਿ ਇਹ ਪੂਰੇ ਨਹੀਂ ਹੋ ਪਾਣੇ ਤਾਂ ਮੇਰੀ ਵੋਟ ਨੂੰ ਹੀ ਪੀਦਾ ਵੀ ਐਲਾਨਾਂ ਦੇ ਮਗਰ ਲੱਗ ਕੇ ਵੋਟਾਂ ਨਾ ਦੇ ਦਿਓ ਸਵਾਲ ਜ਼ਰੂਰ ਕਰਿਓ ਜਿਹੜਾ ਬੰਦਾ ਆਂਦਾ ਕੈਂਡੀਡੇਟ ਨੂੰ ਕਹੇ ਭਾਈ ਬਹਿ ਜਾ ਯਾਰ ਮੈਨੂੰ ਦੱਸ ਦੇ ਦੇਂਗਾ ਕਿੱਦਾਂ ਤੈਨੂੰ ਵੋਟ ਦੇਵਾਂਗੇ। ਹੂੰ ਤੇ ਜੇ ਉਹ ਜਸਟੀਫਾਈ ਕਰਦੇ ਵੋਟ ਜ਼ਰੂਰ ਦਿਓ। ਪਰ ਜਸਟੀਫਾਈ ਅੱਜ ਦੀ ਤਰੀਖ 'ਚ ਪੰਜਾਬ ਇੰਨਾ ਕੇਪੇਬਲ ਨਹੀਂ ਹੈਗਾ ਵੀ ਉਹ ਤੁਰ ਪਾਵੇਂ ਇੱਦਾਂ। ਉਹਨਾਂ ਨੂੰ ਕੋਈ ਨਾ ਕੋਈ ਹੋਰ ਤਕੜਮ ਲਾਣੀ ਪਊਗੀ ਸੋਰਸ ਆਮ ਇਨਕਮ ਵਧਾਣੇ ਪੈਣਗੇ। ਇਹ ਤਾਂ ਜਾ ਕੇ ਗੱਲ ਬਣੂਗੀ। ਪਾਲਿਸਿਜ਼ ਨਵੀਆਂ ਚਾਹੀਦੀਆਂ ਇਹਨਾਂ ਨੂੰ। ਇਹ ਕੱਲੇ ਐਲਾਨਾਂ ਨਾਲ ਗੱਲ ਨਹੀਂ ਬੰਨੀ। ਉਸ ਬਾਰੇ ਕਿਸੇ ਪਾਰਟੀ ਨੇ ਕੋਈ ਗੱਲ ਨਹੀਂ ਕੀਤੀ। ਮੇਰੀ ਸਾਰਿਆਂ ਨੂੰ ਅਪੀਲ ਵੀ ਬਹੁਤ ਸੋਚ ਸਮਝ ਕੇ ਸ਼ਰਾਬ ਦੀ ਬੋਤਲ ਤੇ ਪਕੌੜਿਆਂ ਤੇ ਮੁਰਗੀਆਂ ਪਿੱਛੇ ਲੱਗ ਕੇ ਵੋਟਾਂ ਨਾ ਦੇ ਦਿਓ ਆਪਣੀ ਜਨਰੇਸ਼ਨ ਅੱਗੇ ਤਾਂ ਹੀ ਵਾਰ ਭਜਦੀ ਹੈ ਵੀ ਇੱਥੇ ਹੈ ਕੁਝ ਨਹੀਂ ਲੱਭਦਾ ਅੱਗੇ ਫਿਊਚਰ ਨਹੀਂ ਨੇਅਰ ਆ ਰਿਹਾ ਫਿਊਚਰ ਨੇਅਰ ਤਾਂ ਆਊਗਾ ਜੇ ਆਪਾਂ ਕੈਂਡੀਡੇਟ ਨੂੰ ਵੋਟ ਦੇਵਾਂਗੇ ਜਿਹੜਾ ਕੈਰੈਕਟਰ ਦਾ ਐਥਿਕਸ ਦਾ ਸਟਰੋਂਗ ਹੋਊਗਾ ਉਹ ਬੰਦੇ ਨੂੰ ਵੋਟ ਦਿਓ ਪਾਰਟੀ ਬਾਈਚੋਂ ਜਦੋਂ ਨਿਕਲੋਗੇ ਹਾਂ ਹੋ ਸਕਦਾ ਚੰਗੇ ਬੰਦੇ ਹੈਗੇ ਨੇ ਮੈਂ ਓਪਨਲੀ ਕਹਿਣ ਨੂੰ ਤਿਆਰ ਹਾਂ ਸਿਮਰਜੀਤ ਮੈਂਸ ਚੰਗਾ ਆਦਮੀ ਹੈ ਸੁਖਪਾਲ ਖੈਰਾ ਕਾਂਗਰਸ ਚ ਪਰ ਬੰਦਾ ਗੱਲ ਸਹੀ ਕਰਦਾ ਹਕੂਕਾਂ ਦੀ ਗੱਲ ਕਰਦਾ ਅੱਜ ਉਹ ਬੀਜੇਪੀ ਅੱਗੇ ਝੁੱਕ ਜਾਂਦਾ ਤੇ ਸ਼ਾਇਦ ਬਹੁਤ ਲੱਕਾ ਸੜਾਣਾ ਤੁਹਾਡੇ ਹੱਕਾਂ ਹੀ ਲੜਿਆ ਤੁਸੀਂ ਪਾਸ ਦੀ ਗੱਲ ਕਰਦੇ ਹੋ ਉਹਦਾ ਹੋ ਸਕਦਾ ਹੋਵੇ ਯਾਰ ਉੱਥੇ ਪਰਚੇ 20 ਹੋਣ ਹੁਣ ਉਹਨੇ ਕੀ ਗਲਤ ਕਰਤਾ ਗਲਤ ਵਿਧਾਨ ਸਭਾ ਜਦੋਂ ਚੰਗੇ ਲੋਕ ਜਾਣਗੇ ਨਾ ਚਾਹੇ ਕਿਸੇ ਪਾਰਟੀ ਦੀ ਆ ਚਾਹੇ ਆਜ਼ਾਦ ਤੁਹਾਡੀ ਗੱਲ ਜ਼ਰੂਰ ਕਰਨਗੇ ਤੇ ਜਦੋਂ ਤੁਹਾਡੀ ਗੱਲ ਹੋਊਗੀ ਤੁਹਾਡੇ ਟੈਕਸਾਂ ਦਾ ਪੈਸਾ ਤੁਹਾਡੇ ਤੇ ਹੀ ਲੱਗੂਗਾ ਤੁਹਾਡੇ ਇਨਫਰਾਸਟ੍ਰਕਚਰ ਤੇ ਲੱਗੂਗਾ ਹੋ ਸਕਦਾ ਹੈ ਹੈਲਥ ਐਜੂਕੇਸ਼ਨ ਅਗਲੇ 5-7 ਸਾਲ ਚੰਗਾ ਹੋ ਜਾਵੇ ਚੰਗੇ ਲੋਕ ਚੰਗੇ ਅਫਸਰ ਵੀ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਾਣ ਅਸੀਂ ਲੋਕ ਵੀ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਈਏ ਤਾਂ ਉਹਦੇ ਨਾਲ ਕੀ ਹੋਊਗਾ ਆਪਾਂ ਬਾਹਰ ਨਹੀਂ ਜਾਵਾਂਗੇ ਸਾਡਾ ਪੈਸਾ ਸਾਨੂੰ ਇੱਥੇ ਹੀ ਲੱਗੇਗਾ ਸਾਡੇ ਤੇ ਲੱਗੇਗਾ ਤੇ ਪੰਜਾਬ ਬਿਹਤਰ ਇੱਕ ਜਗ੍ਹਾ ਬਣ ਜਾਏਗੀ ਰਹਿਣ ਲਈ ਮੇਰੀ ਇਹੀ ਅਪੀਲ ਹੈ ਵੀ ਤੁਸੀਂ ਕੈਂਡੀਡੇਟ ਨੂੰ ਦੇਖ ਕੇ ਵੋਟ ਕਰਿਓ ਤੇ ਐਲਾਨਾ ਮਗਰ ਲਾ ਕੇ ਨਾ ਕਰਿਓ ਸਵਾਲ ਕਰਿਓ ਵੀ ਕਾਕਾ ਸਾਾਨੂੰ ਸੋਰਸ ਆਫ ਇਨਕਮ ਦੱਸ ਤੂੰ ਐਲਾਨ ਕੀਤਾ ਦਵੇਂਗਾ ਕਿੱਦਾਂ ਬਸ ਉਹਦੇ ਜੀ ਤੁਹਾਨੂੰ ਪਤਾ ਲੱਗ ਜਾਣਾ ਵੀ ਕਿਹੜਾ ਬੰਦਾ ਜਸਟੀਫਾਈ ਕਰ ਸਕਦਾ ਕਿਹੜਾ ਨਹੀਂ ਫਿਰ ਤੁਸੀਂ ਜਿਵੇਂ ਮੇਰਾ ਆਖਰੀ ਸਵਾਲ ਰਹੂਗਾ ਕਿ ਕੀ ਲੱਗਦਾ ਹੈ ਕਿ ਅਸਲ 'ਚ ਵਿਕਾਸ ਕੀ ਹੁੰਦਾ ਹੈ ਜੇ ਕਿ ਕਿਸੇ ਵੋਟਰ ਨੂੰ ਕਿਸੇ ਜਾਨੀ ਜੇ ਕਹਿਣਾ ਹੋਵੇ ਅਸਲ 'ਚ ਕੀ ਦੇਣਾ ਚਾਹੀਦਾ ਜਨਤਾ ਨੂੰ ਇੱਕ ਜੇ ਕੋਈ ਖੜਦਾ ਹੈ ਵੋਟਾਂ ਦੇ ਵਿੱਚ ਤਾਂ ਕੀ ਦੇਣਾ ਚਾਹੀਦਾ ਉਹਨੂੰ ਕੀ ਅਸਲ 'ਚ ਕਹਿਣਾ ਕੀ ਚਾਹੀਦਾ ਸਭ ਤੋਂ ਪਹਿਲਾਂ ਐਜੂਕੇਸ਼ਨ ਐਜੂਕੇਸ਼ਨ ਹੋਏਗੀ ਬੱਚਾ ਪੜ੍ਹਿਆ ਲਿਖਿਆ ਹੋਊਗਾ ਜਰੂਰ ਸਵਾਲ ਕਰੂਗਾ ਜਿਹੜਾ ਵੋਟਾਂ ਮੰਗਣਾ ਹੋਊਗਾ ਐਜੂਕੇਸ਼ਨ ਨੇ ਬੇਸ ਬੰਨਾ ਹੀ ਬੰਨਾ ਤੁਹਾਡਾ ਤੁਹਾਨੂੰ ਚੰਗੇ ਬਹੁਤ ਅੱਛੇ ਮਤਲਬ ਮੈਂ ਨਹੀਂ ਕਹਿੰਦਾ ਚਲੋ ਹਰ ਕਸਬੇ 'ਚ ਜਾਂ ਇੱਕ ਕੋਈ ਸ਼ਹਿਰ ਕੋਈ ਠੀਕ ਠਾਕ ਸ਼ਹਿਰ ਜਿਵੇਂ ਆਪਣੇ ਇੱਥੇ ਜਗਰਾਉ ਲਾ ਲਓਏ ਸ਼ਹਿਰਾਂ ਵਰਗਾ ਹੀ ਬਣ ਗਿਆ ਹੁਣ ਐਨਾ ਕੋਈ ਛੋਟਾ ਨਹੀਂ ਰਿਹਾ ਖੰਨਾ ਹੋ ਗਿਆ ਇਦਾਂ ਦੇ ਸ਼ਹਿਰਾਂ 'ਚ ਇੱਕ-ਇੱਕ ਮਾਡਲ ਸਕੂਲ ਇੱਕ-ਇੱਕ ਮਾਡਲ ਸਕੂਲ ਬਣਾਉਣਾ ਸ਼ੁਰੂ ਕਰ ਦੋ ਇੱਕ ਸਰਕਾਰੀ ਸਕੂਲ ਮਾਡਲ ਬਣਾਉਣਾ ਕੋਈ ਬਹੁਤ ਵੱਡੀ ਚੈਲੰਜ ਨਹੀਂ ਹੈਗਾ ਕਿਸੇ ਗਵਰਨਮੈਂਟ ਲਈ ਚੰਗਾ ਬਣਾਓ ਉਹ ਚੰਗਾ ਬਣਾਉਂਗੇ ਜਦੋਂ ਇਹ ਪਹਿਲੇ ਤੁਸੀਂ ਇਨਫਰਾਸਟ੍ਰਕਚਰ ਖੜਾ ਕਰ ਲਿਆ ਚੰਗੇ ਸਕੂਲ ਬਣ ਗਏ ਹਰ ਜ਼ਿਲ੍ਹੇ 'ਚ ਇੱਕ-ਇੱਕ ਦੋ-ਦੋ ਬਣ ਗਏ ਜਦੋਂ ਉਹ ਬਣ ਗਏ ਨਾ ਉੱਥੇ ਇਹ ਕਾਨੂੰਨ ਬਣਾ ਦਿਓ ਵੀ ਜਿੰਨੇ ਸਰਕਾਰੀ ਅਫਸਰ ਨੇ ਲੋਕਲ ਲੱਗੇ ਹੋਏ ਤੇ ਜਿੰਨੇ ਪੋਲੀਟਿਸ਼ੀਅਨ ਨੇ ਇਲੈਕਟਿਡ ਉਹ ਆਪਣੇ ਬੱਚੇ ਨੂੰ ਉੱਥੇ ਪੜ੍ਹਾਣਗੇ ਤੁਸੀਂ ਇਹ ਦੇਖਿਓ ਵੀ ਬਿਜ਼ਨਸਮੈਨ ਜਿਹੜੇ ਹੋਰ ਨੇ ਨਾ ਟੱਕਰਾਂ ਜਦੋਂ ਉਹ ਤੁਸੀਂ ਮਾਹੌਲ ਕ੍ਰੀਏਟ ਕਰਨਾ ਸ਼ੁਰੂ ਕਰਤਾ ਨਾ ਲੋਕਾਂ ਦੀ ਖਿੱਚ ਵਧੇਗੀ ਸਭ ਤੋਂ ਪਹਿਲੇ ਐਜੂਕੇਸ਼ਨ ਨੂੰ ਚੱਕਣਾ ਜ਼ਰੂਰੀ ਹੈ ਉਸ ਤੋਂ ਬਾਅਦ ਤੁਸੀਂ ਹੈਲਥਵਲ ਤੁਰਿਓ ਲੋਕਾਂ ਨੂੰ ਜਿਹੜੇ ਟੈਕਸ ਦਿੰਦੇ ਨੇ ਉਹ ਕੋਈ ਗਲਤੀ ਨਹੀਂ ਕਰਦੇ ਟੈਕਸ ਦੇ ਕੇ ਤੁਹਾਨੂੰ ਕੀ ਲੱਗਦਾ ਇੱਥੇ ਟੈਕਸਾਂ ਦੀ ਚੋਰੀ ਕਿਸ ਗੱਲ ਤੋਂ ਆ ਲੋਕਾਂ ਨੂੰ ਵਿਸ਼ਵਾਸ ਨਹੀਂ ਗਵਰਨਮੈਂਟ ਤੇ ਵੀ ਤੁਹਾਡਾ ਐਸਾ ਤੁਹਾਡੇ ਲੱਗੂਗਾ ਇਹ ਮੇਜਰ ਰੀਜ਼ਨ ਹੈ ਤੁਸੀਂ ਇੱਥੇ ਇਨਫਰਾਸਟ੍ਰਕਚਰ ਖੜਾ ਕਰਕੇ ਦਿਓ ਇਹਨਾਂ ਨੂੰ ਚੰਗੀ ਹੈਲਥ ਦਿਓ ਤੇ ਚੰਗਾ ਐਜੂਕੇਸ਼ਨ ਦੇ ਦਿਓ ਹਰ ਬੰਦਾ ਟੈਕਸ ਵੀ ਭਰੂਗਾ ਤੇ ਆਪਣੇ ਬੱਚੇ ਵੀ ਪੜਾਊਗਾ ਪਾਜੀ ਕਿਹਦਾ ਦਿਲ ਕਰਦਾ 5 5 6 6000 ਰੁਪਈਆ ਦੇ ਕੇ ਪੜਾਉਣ ਨੂੰ ਬੱਚਾ ਪਰ ਮਹੀਨਾ ਜੇ ਤੁਹਾਡਾ ਬੱਚਾ ਕੋਈ ਨੋਮੀਨਲ 100 200 ਫੀਸ ਦੇ ਕੇ ਪੜ ਸਕਦਾ ਕਿਉਂ ਨਹੀਂ ਪੜਾਵਾਂਗੇ ਅਸੀਂ ਵੀ ਚਾਹਾਂਗੇ ਵੀ ਸਾਡਾ ਫ੍ਰੀ ਇਲਾਜ ਹੋਵੇ ਸਾਡੇ ਬੱਚੇ ਫ੍ਰੀ ਚ ਪੜਨ ਚੰਗੀ ਐਜੂਕੇਸ਼ਨ ਲੈਣ ਪਰ ਇੱਥੇ ਸਾਡੇ ਕੋਲ ਹੈ ਹੀ ਨਹੀਂ ਕੋਈ ਆਪਸ਼ਨ ਹੈ ਨਹੀਂ ਫਿਰ ਬੱਚਾ ਬਾਹਰ ਨੂੰ ਭੇਜਦਾ ਵੀ ਚੱਲ ਯਾਰ ਬਾਹਰ ਭੇਜ ਦਿਓ ਉਹਦਾ ਫਿਊਚਰ ਠੀਕ ਹੋ ਜਾਊਗਾ ਸੋ ਇਹ ਗੱਲਾਂ ਧਿਆਨ ਦੇਣ ਦੀ ਲੋੜ ਹੈ ਇਹਨਾਂ ਨੂੰ ਬੇਸਿਕ ਐਜੂਕੇਸ਼ਨ ਤੇ ਪਹਿਲਾ ਸਟੈਪ ਐਜੂਕੇਸ਼ਨ ਹੈ ਐਜੂਕੇਸ਼ਨ ਚੰਗੀ ਕਰਦਣ ਇਹ ਆਪਣੇ ਆਪ ਖੜਨਾ ਸ਼ੁਰੂ ਹੋ ਜਾਣਾ ਪੰਜਾਬ ਬਿਲਕ ਸਮਝਾਣੇ ਵੀ ਬੜੇ ਤਰੀਕੇ ਨਾਲ ਕਦੇ ਆਪ ਟ੍ਰਾਈ ਨਹੀਂ ਕੀਤਾ ਕਿ ਲੈ ਵੀ ਮੈਂ ਵੀ ਦੇਖਾਂ ਚਨਾਬੀ ਮੈਦਾਨ ਚ ਉਤਰ ਕੇ ਕਿ ਕਿੰਨਾ ਕ ਦਿੱਤਾ ਜਾਂ ਕਿੰਨਾ ਕ ਸੇਕ ਲੱਗਦਾ ਲੜਿਆ ਸੀਗਾ ਜੀ ਐਮਸੀ ਦੀ ਇਲੈਕਸ਼ਨ ਲੜਿਆ ਮੈਂ ਇੱਕ ਤੇ ਉਦੋਂ ਸੈਕੰਡ ਆਇਆ ਸੀ ਕਾਲੀ ਦਲ ਥਰਡ ਆਈ ਸੀਗੀ ਕਾਂਗਰਸ ਦੀ ਸਰਕਾਰ ਸੀ ਤੇ ਚਲੋ ਇਹ ਕਹਿਣਾ ਵੀ ਚਲੋ ਜਿੱਤ ਕੇ ਤੱਕਾ ਹੋਇਆ ਏ ਚਲੋ ਮੌਜੂਦਾ ਸਰਕਾਰ ਜੋ ਅਥਕੰਡੇ ਬਣਾਉਂਦੀਆਂ ਹੋਇਆ ਲੜਿਆ ਇਲੈਕਸ਼ਨ ਤੇ ਕੋਈ ਗੱਲ ਨਹੀਂ ਐਤ ਕਿ ਕੀ ਪਤਾ ਫਿਰ ਲੜ ਲੀਏ ਅਰੇ ਵਾਹ ਫਿਰ ਫਿਰ ਜੋ ਜੋ ਹੁਣ ਜਿਵੇਂ ਕਹਿ ਰਹੇ ਹੋ ਫਿਰ ਉਦਾਂ ਹੀ ਰਹੋਗੇ ਕਿ ਕਿਤੇ ਨਾ ਕਿਤੇ ਆਇਆ ਤਾਂ ਨਹੀਂ ਹੋਊਗਾ ਕਿ ਸਿਆਸੀ ਰੰਗ ਦੇਖ ਕੇ ਮੇਰਾ ਵੀ ਰੰਗ ਬਦਲ ਗਿਆ। ਨਾ ਜੀ ਤੁਸੀਂ ਰਿਕਾਰਡ ਕਰ ਰਹੇ ਹੋ ਕਦੀ ਦੇਖ ਲਿਓ ਡਟ ਕੇ ਲੜਾਂਗੇ ਠੋਕ ਕੇ ਲੜਾਂਗੇ ਕੋਈ ਵੀ ਉਲਟ ਹੋਵੇ ਕੋਈ ਪਰਵਾਹ ਨਹੀਂ। ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ। ਜਿਵੇਂ ਕਿ ਦਰਸ਼ਕੋ ਕਿ ਕਿਤੇ ਨਾ ਕਿਤੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਣ ਦੀ ਇੱਕ ਜਾਗਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਈ ਉਹਨਾਂ ਵੱਲੋਂ। ਬੇਸ਼ੱਕ ਗੱਲ ਅਸੀਂ ਹਾਸੇ ਜੇ ਸ਼ੁਰੂ ਕੀਤੀ ਪਰ ਜਿਵੇਂ ਹਰ ਇੱਕ ਤਰੀਕੇ ਨੂੰ ਹਰ ਇੱਕ ਛੋਟੇ-ਛੋਟੇ ਤਰੀਕੇ ਨੂੰ ਸਮਝਾਣ ਦੀ ਜਸਟੀਫਾਈ ਕਰਨ ਦੀ ਸਵਾਲ ਪੁੱਛਣ ਦੀ ਜਿਹੜੀ ਕਿਹਾ ਗਿਆ ਕਿ ਭਾਈ ਜੇ ਕੋਈ ਆਉਂਦਾ ਤਾਂ ਅਗਲੇ ਨੂੰ ਕਹੋ ਕਿ ਕੋਈ ਗੱਲ ਨਹੀਂ ਤੂੰ ਵੋਟ ਲੈ ਲਈ ਆ ਮੇਰੇ 6 ਮੈਂਬਰ ਨੇ ਤੂੰ 6 ਦੀਆਂ 6 ਵੋਟਾਂ ਦੇ ਰੀਆਂ ਤੂੰ ਮੈਨੂੰ ਇਹ ਗੱਲ ਸਮਝਾ ਦੇ ਕਿ ਤੂੰ ਮੈਨੂੰ ਆ ਜਿਹੜੇ ਵਾਅਦੇ ਕਰ ਰਹੇ ਆ ਇਹ ਪੂਰੇ ਕਰੇਗਾ ਜੇ ਕਰੇਗਾ ਤਾਂ ਕਿਵੇਂ ਕਰੇਗਾ ਉਮੀਦ ਹੀ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਤੇ ਨਾ ਕਿਤੇ ਇੱਕ ਬਹੁਤ ਵਧੀਆ ਤਰੀਕੇ ਨਾਲ ਇੱਕ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਤ ਲਈ ਮੈਨੂੰ ਜਾਨੀ ਹਰਮਿੰਦਰ ਕਰਨ ਨੇ ਦੋਈ ਜ਼ਾਤ ਦੇ ਦੇ ਰਹੋ ਰਹਿਮਤ ਟੀਵੀ ਧੰਨਵਾਦ